ਹਾਂਜੀ ਵੀਰ ਜੀ, ਇਹ ਆਪਣੇ ਨਾਲ ਕੋਠੇ 'ਤੇ ਆਣ ਕੇ ਡਿੱਗ ਗਿਆ ਸੀਗਾ, ਨਿੱਕਾ ਜਿਹਾ ਬੱਚਾ ਸੀਗਾ, ਉੱਡ ਨਹੀਂ ਪਾਉਂਦਾ ਸੀਗਾ। ਫਿਰ ਅਸੀਂ ਇਹਨੂੰ ਫੜ ਕੇ ਟੋਕਰੀ ਦੇ ਵਿੱਚ ਪਾ ਲਿਆ, ਫਿਰ ਇਹਦੇ ਵਾਸਤੇ ਪਿੰਜਰਾ ਲੈ ਕੇ ਆਉਂਦਾ ਜੀ। ਫਿਰ ਅਸੀਂ ਆਖਿਆ ਵੀ ਚੱਲ ਵੀ ਇਹਨੂੰ ਹੁਣ 5-6 ਮਹੀਨੇ ਆਪਦੇ ਕੋਲ ਰੱਖਦੇ ਹਾਂ, ਫਿਰ ਮੈਂ ਕਿਹਾ ਵੱਡਾ ਹੋ ਜੂਗਾ ਫਿਰ ਆਜ਼ਾਦ ਕਰ ਦਾਂਗੇ, ਕਿਉਂਕਿ ਇਹਦੇ ਤੋੜ ਨੇ ਆਪਣੇ ਬਿੱਲੀ ਨੇ ਖਾ ਜਾਣਾ ਸੀਗਾ ਜੀ। ਹੁਣ ਇਹਨੂੰ ਸੇਬ ਖਵਾਇਆ, ਸੇਬ ਖਵਾ ਕੇ ਹੁਣ ਇਹਨੂੰ ਛੱਡਣ ਲੱਗੇ ਹਾਂ ਜੀ। ਚਲੋ ਆਪਦੇ ਪਰਿਵਾਰ 'ਚ ਚੱਲ ਜੂਗਾ ਜੀ, ਦੋਸਤਾਂ ਮਿੱਤਰਾਂ 'ਚ ਚੱਲ ਜੂਗਾ। ਚੰਗਾ ਬਿੱਟੂ, ਬਿੱਟੂ ਚੰਗਾ ਪੁੱਤ, ਬਿੱਟੂ ਚੰਗਾ ਬਾਬੂ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ।